Assalamu alaikum ji, main tohada apna host baba ji save historical places of pakistan save gurdwaras and temples of pakistan punjabi culture and heritage aur khalsa raj footsteps in pakistan khalsa raj footsteps nu leke aaj main pahunche ha lahore to ਸਾਊਥ ਵਾਲੀ ਸਾਈਡ ਦੇ ਉੱਤੇ ਮੁਲਤਾਨ ਰੋਡ ਦੇ ਉੱਤੇ ਛਾਂਗਾ ਮਾਂਗਾ ਜੰਗਲ ਦੇ ਕੋਲ ਅਗਰ ਤੁਸੀਂ ਪਹੁੰਚੋ ਤਹਿਸੀਲ ਚੂਨੀਆਂ ਦੇ ਕੋਲ ਪਿੰਡ ਆਉਂਦਾ ਹੈ ਇੱਕ ਬੁੱਧੋਕੇ ਮੈਂ ਅੱਜ ਫੁੱਟਸਟੈਪਸ ਲੱਭਣ ਵਾਸਤੇ ਆਇਆ ਵਾਂ ਸਰਦਾਰ ਪ੍ਰੀਤ ਇੰਦਰ ਸਿੰਘ ਸਿੱਧੂ ਜੀ ਸਰਦਾਰ ਪ੍ਰੀਤ ਇੰਦਰ ਸਿੰਘ ਸਿੱਧੂ ਜੀ ਦੇ ਜਿਹੜੇ ਪਰਦਾਦਾ ਸਨ ਉਹਨਾਂ ਦਾ ਨਾਮ ਸੀ ਸਰਦਾਰ ਬੂਟਾ ਸਿੰਘ ਔਰ ਬੂਟਾ ਸਿੰਘ ਦੇ ਅੱਗੋਂ ਦੋ ਬੇਟੇ ਸਨ ਸਰਦਾਰ ਦਲੀਪ ਸਿੰਘ ਔਰ ਜਾਗੀਰ ਸਿੰਘ ਸਰਦਾਰ ਜਾਗੀਰ ਸਿੰਘ ਦੇ ਮੁਤਲਕ ਬਹੁਤ ਕਹਾਣੀਆਂ ਮੈਂ ਸੁਣ ਰਿਹਾ ਮੈਂ ਪਿੰਡ 'ਚ ਵੜਦਿਆਂ ਹੀ ਕਿ ਵਾਕਈ ਹੀ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਇੱਕ ਜਿਹੜੇ ਜਾਗੀਰਦਾਰ ਹੁੰਦੇ ਨੇ ਪ੍ਰੋਪਰ ਉਹ ਜਾਗੀਰਦਾਰ ਸਨ ਇੱਥੇ ਔਰ ਉਹਨਾਂ ਦੇ ਬਾਰੇ ਦੇ ਵਿੱਚ ਲੋਕ ਬਹੁਤ ਹੀ ਅੱਛੇ ਅੱਖਰ ਇੱਥੇ ਯੂਜ਼ ਕਰ ਰਹੇ ਨੇ ਬੜੀਆਂ ਪਿਆਰੀਆਂ ਗੱਲਾਂ ਦੱਸ ਰਹੇ ਨੇ ਕਿ ਉਹ ਕਿਸ ਤਰੀਕੇ ਦੇ ਲੋਕ ਸਨ ਔਰ ਕਿਸ ਤਰ੍ਹਾਂ ਦੇ ਲੋਕ ਸਨ ਕਮਾਲ ਹੋ ਗਈ ਵੈਸੇ ਫਿਰ ਸਰਦਾਰ ਜਗੀਰ ਸਿੰਘ ਜੀ ਦੇ ਅੱਗੋਂ ਇੱਕ ਬੇਟੀ ਇਕਬਾਲ ਕੌਰ ਔਰ ਉਹਨਾਂ ਦੇ ਤਿੰਨ ਬੇਟੇ ਸਨ ਚਰਨਜੀਤ ਸਿੰਘ ਮਹਿੰਦਰ ਸਿੰਘ ਔਰ ਸਰਦਾਰ ਬਲਵਿੰਦਰ ਸਿੰਘ ਸਿੱਧੂ ਜੀ ਉਹ ਐਸੇ ਹੀ ਪਿੰਡ ਦੇ ਵਿੱਚ ਇਹਨਾਂ ਦੇ ਚਾਰੋਂ ਬੱਚੇ ਪੈਦਾ ਹੋਏ ਔਰ ਇਹ ਜਿਹੜਾ ਘਰ ਮੈਂ ਤੁਹਾਨੂੰ ਦਿਖਾ ਰਿਹਾ ਵਾਂ ਇਸ ਘਰ ਦੇ ਅੰਦਰ ਹੀ ਪੈਦਾ ਹੋਏ ਸਨ ਪ੍ਰੀਤਿੰਦਰ ਸਿੰਘ ਜੀ ਇਹ ਬਜ਼ੁਰਗ ਨੇ ਇਹਨਾਂ ਕੋਲੋਂ ਮੈਂ ਪੁੱਛਣਾ ਵਾਂ ਇਹ ਤੁਹਾਡੇ ਫੋਰ ਫਾਦਰਸ ਦੇ ਬਾਰੇ 'ਚ ਥੋੜ੍ਹਾ ਜਿੰਨਾ ਜਾਣਦੇ ਨੇ ਬਾਬਾ ਜੀ ਸਰਦਾਰ ਜਗੀਰ ਸਿੰਘ ਦਾ ਘਰ ਕਿਹੜਾ ਸੀ ਇਹ ਵਾਲਾ ਜਿਹੜਾ ਨਵਾਂ ਗੇਟ ਲੱਗਿਆ ਇਸ ਜਗ੍ਹਾ ਦੇ ਉੱਤੇ ਅਤੇ ਹੁਣ ਕੋਈ ਪੁਰਾਣਾ ਥਾਂ ਹੈ ਉਹਨਾਂ ਦਾ ਕਿਸੇ ਪਾਸੋਂ ਅਸਲਾਮ ਵਾਲੇਕੁਮ ਜੀ ਬਾਈ ਜਾਨ ਹਮੇ ਘਰ ਦੇਖਣਾ ਥਾ ਯੇ ਭਾਈਜਾਨ ਹੈ ਜੋ ਜਗੀਰ ਸਿੰਘ ਕਾ ਮਕਾਨ ਹੈ ਜੀ ਅੱਛਾ ਜੀ ਇਹ ਘਰ ਹੈ ਜੀ ਵੀਰ ਜੀ ਪ੍ਰੀਤਿੰਦਰ ਜੀ ਇਹ ਤੁਹਾਡੇ ਫੋਰ ਫਾਦਰਸ ਦਾ ਘਰ ਹੈ ਔਰ ਇਹ ਉਹ ਪੁਰਾਣਾ ਹਿੱਸਾ ਜਿਹੜਾ ਕਿ ਦੱਸਿਆ ਜਾਂਦਾ ਹਾਂਜੀ ਸਿਰਫ ਹੁਣ ਪੁਰਾਣੀ ਹਵੇਲੀ ਦਾ ਜਿਹੜਾ ਉਹ ਸਿਰਫ ਇੰਨਾ ਕੁ ਪਾਰਟ ਰਹਿ ਗਿਆ ਜਿਹਨੂੰ ਕਿ ਕਿਹਾ ਜਾ ਰਿਹਾ ਸੀ ਕਿ ਡਬਲ ਸਟੋਰੀ ਜਿਹੜਾ ਸੀ ਸਰਦਾਰ ਬੂਟਾ ਸਿੰਘ ਜੀ ਦਾ ਔਰ ਉਸ ਤੋਂ ਬਾਅਦ ਇਹ ਘਰ ਜਿਹੜਾ ਸੀ ਜਾਗੀਰ ਦੇ ਵਿੱਚ ਮਿਲਿਆ ਸਰਦਾਰ ਜਾਗੀਰ ਸਿੰਘ ਜੀ ਨੂੰ ਅੱਛਾ ਅੱਛਾ ਜੀ ਜੀ ਅੱਛਾ 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 ਹਾਂ ਬਿਲਕੁਲ ਉਹੀ ਪੁਰਾਣਾ ਸਾਰਾ ਸਟਰਕਚਰ ਹੈ ਠੀਕ ਹੈ ਜੀ ਥੋੜ੍ਹਾ ਦੱਸ ਰਹੇ ਨੇ ਕਿ ਜਿਹੜਾ ਚੁਬਾਰਾ ਜਿਹੜਾ ਸੀ ਉਹ ਤਕਰੀਬਨ ਹੁਣ ਠੀਕ ਹੈ ਜੀ ਆਓ ਜ਼ਰਾ ਉੱਤੇ ਦਿਖਾਓ ਦੱਸ ਰਹੇ ਨੇ ਕਿ ਇਹ ਵਕਤ ਦੇ ਨਾਲ ਨਾਲ ਚੀਜ਼ਾਂ ਖਤਮ ਹੋ ਗਈਆਂ ਇਹ ਦੇਖੋ ਤੁਹਾਨੂੰ ਇਹ ਬਾਰੀ ਜੀ ਇੰਨੀ ਕੁ ਭਰਤੀ ਪੈ ਗਈ ਹੈ ਕਿ ਇਹ ਬਾਰੀ ਤੁਸੀਂ ਦੇਖੋ ਹੁਣ ਥੱਲੋਂ ਕਿੱਥੇ ਆ ਗਈ ਹੈ ਛੇ ਫੁੱਟ ਜ਼ਮੀਨ ਤੋਂ ਉੱਤੇ ਸੀ ਇਹ ਬਾਰੀ ਯਾਨੀ ਕਿ ਪੂਰਾ ਫਲੋਰ ਹੀ ਥੱਲੇ ਚਲਾ ਗਿਆ ਜ਼ਮੀਨ ਦੇ ਇਨਸਾਨ ਚਲਾ ਜਾਂਦਾ ਪਰ ਉਹਦੀਆਂ ਯਾਦਾਂ ਰਹਿ ਜਾਂਦੀਆਂ ਹਾਂ ਇਹ ਦੇਖੋ ਚੁਬਾਰੇ ਦਾ ਦਿਖਾ ਰਹੇ ਨੇ ਕਿ ਵੀ ਇਹ ਚੀਜ਼ ਜਿਹੜੀ ਸੀ ਸਾਰੀ ਤਕਰੀਬਨ ਇਸੇ ਤਰ੍ਹਾਂ ਬਣੀ ਹੋਈ ਸੀ ਔਰ ਇਹ ਕਿੰਨੀ ਖੂਬਸੂਰਤ ਆਰਚ ਹੈ ਥੋੜੀ ਜਿਹੀ ਦੀਵਾਰ ਦੀ ਹੈ ਵੱਡੀ ਥੋੜ੍ਹਾ ਜਿਹਾ ਸਨ ਖੜਾ ਅੱਛਾ 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 ਇਹ ਨਵੀਂ ਉਹ ਇਹ ਪੁਰਾਣੀ ਦੀਵਾਰ ਹੈ ਠੀਕ ਹੋ ਗਿਆ ਅੱਛਾ ਦੱਸਿਆ ਜਾ ਰਿਹਾ ਕਿ ਜੀ ਇਹਨਾਂ ਦੀ ਇਸੇ ਤਰ੍ਹਾਂ ਹੀ ਅੱਗੇ ਚੱਲ ਰਿਹਾ ਸੀ ਇਹ ਸਾਰਾ ਘਰ ਠੀਕ ਦੋ ਕਮਰੇ ਸੀ ਇਹ ਚੁਬਾਰਾ ਇੱਥੇ ਸੀ ਜਿਹੜਾ ਰੈਜ਼ੀਡੈਂਸ ਅਪਾਰਟਮੈਂਟ ਹੈ ਜਿਹੜਾ ਦੱਸਿਆ ਜਾ ਰਿਹਾ ਛੱਤ ਨਜ਼ਰ ਆ ਰਹੀ ਹੈ ਕਿਉਂਕਿ ਥੱਲੇ ਤੋਂ ਪੱਟ ਕੇ ਦੂਸਰੇ ਹੋਵੇ ਨਾ ਇੱਥੇ ਆ ਦੋ ਕਮਰੇ ਸੀ ਕਮਰਾ ਸੀ ਇਹਦੇ ਉੱਤੇ ਇਸ ਤਰ੍ਹਾਂ ਬਣਿਆ ਹੋਇਆ ਸੀ ਅੱਛਾ ਇਹਦੇ ਤੇ ਮੰਟੀ ਸੀ ਉੱਤੇ ਬਣੀ ਹੋਈ ਸੀ
ਤੇ ਇਹ ਜਿਹੜਾ ਅਗਲਾ ਘਰ ਹੈ ਇਹ ਵੀ ਉਹਨਾਂ ਦਾ ਹੀ ਹੈ, ਲੇਕਿਨ ਇਹ ਅਲੈਦਾ ਸੀ, ਇਹ ਜਗੀਰ ਸਿੰਘ ਦੇ ਬੇਟੇ ਨਹੀਂ ਸੀ, ਉਹਦੇ ਮਤਲਬ ਚਾਚੇ ਤਾਇਆਂ ਚੋਂ ਸੀ। ਠੀਕ ਹੈ ਠੀਕ ਹੈ। ਇਹ ਮਲਕੀਅਤ ਸੀ ਉਹਦੀ ਦੀਵਾਰਾਂ ਨੇ ਮੋਟੀਆਂ ਇਹ ਨਜ਼ਰ ਆ ਰਹੀਆਂ ਨੇ, ਥੱਲੇ ਤੱਕ ਦੇਖ ਸਕਦੇ ਜੀ, ਬਾਹਰੋਂ ਤੁਹਾਨੂੰ ਕਰਾ ਦਿੰਦੇ ਆ। ਇਹ ਦੂਸਰੇ ਸੀ ਹੁੰਦੇ ਜੀ ਜੀ, ਮਤਲਬ ਤਾਏ ਚਾਚਿਆਂ ਦੇ, ਤਾਏ ਚਾਚਿਆਂ ਦੇ ਸੀ। ਇਹ ਦੇਖੋ ਤੁਸੀਂ ਉਹ ਘਰ ਵੀ ਜਿਹੜੇ ਨੇ ਇੱਥੋਂ ਲੈ ਕੇ ਤੋਂ ਉੱਥੋਂ ਤੱਕ ਜਾਂਦੇ ਸੀ ਆ ਮਕਾਨ, ਇਹ ਸਾਰੇ ਨਵੇਂ ਬਣ ਗਏ ਨੇ ਟੁੱਟ ਫੁੱਟ ਕੇ ਨਾ, ਉਹ ਚੁਬਾਰੇ ਤੱਕ ਨੇ। ਇਹ ਚੁਬਾਰਾ ਵੀ ਜੀ ਇੱਥੇ ਤੱਕ ਨਹੀਂ ਸੀ, ਚੁਬਾਰੇ ਤੱਕ ਐਡਾ। ਵਾਹ ਜੀ ਵਾਹ। ਦੱਸ ਰਹੇ ਨੇ ਕਿ ਜੀ ਇੱਕ ਪੂਰੇ ਕਿੱਲੇ ਦੇ ਵਿੱਚ, ਇੱਕ ਪੂਰੇ ਕਿੱਲੇ ਦੇ ਵਿੱਚ ਘਰ ਬਣੇ ਹੋਏ ਸੀ। ਔਰ ਇਹ ਵੀ ਇਹਨਾਂ ਦੀ ਇੱਕ, ਦੱਸ ਰਹੇ ਨੇ ਕਿ ਭੂਆ ਜੀ ਦਾ, ਉਹ ਭਤੀਜੇ ਦਾ ਮਕਾਨ ਸੀ ਜਿਹੜਾ ਨਵਾਂ ਬਣਾਉਂਦੇ ਹੋਏ ਛੱਡ ਗਿਆ ਸੀ ਨਾ। ਹਾਂਜੀ, ਉਹ ਸਾਹਮਣੇ ਨਜ਼ਰ ਆ ਰਿਹਾ ਸੀ, ਉਹ ਕਿਸੇ ਹੋਰ ਕੋਲ। ਠੀਕ ਹੈ। ਅਸਾਂ ਉਹਦੀ ਭੂਆ ਮਤਲਬ ਉਹਦੀ ਜਗੀਰ ਸਿੰਘ ਦੀ ਮਸ਼ੀਰਾ ਸੀ ਇਹ ਜੀ, ਨੰਬਰਦਾਰੀ ਉਹਨਾਂ ਦੇ ਨਾਂ ਸੀ ਸਰਦਾਰ ਜਗੀਰ ਸਿੰਘ ਜੀ ਜਿੰਗ ਜਿੱਦੂ ਸਿੱਧੂ ਜੀ ਜਿਹੜੇ ਨੇ ਉਹਨਾਂ ਦੀ ਹਮਸ਼ੀਰਾ ਜਿਹੜੀ ਸੀ ਉਹਨਾਂ ਦੇ ਨਾਮ ਦੇ ਉੱਤੇ ਇਹ ਵਾਲਾ ਘਰ ਸੀ। ਔਰ ਇਸ ਜਗ੍ਹਾ 'ਤੇ ਰਹਿੰਦੀ ਹੁੰਦੀ ਸੀ ਔਰ ਪਿੰਡ ਦੀ ਨੰਬਰਦਾਰੀ ਕਹਿ ਰਹੇ ਨੇ ਕਿ ਉਹਨਾਂ ਦੇ ਨਾਮ 'ਤੇ ਚੱਲ ਰਹੀ ਸੀ। ਉਹਨਾਂ ਜਿਹੜੇ ਬਦਮਾਸ਼ ਆਦਮੀ ਉੱਥੇ ਆ ਕੇ ਦੱਸਦੇ ਨੇ ਹਾਜ਼ਰੀ ਲਵਾਉਂਦੇ ਸੀ, ਬੀਬੀ ਜੀ ਮੈਂ ਫਲਾਣਾ ਹਾਜ਼ਰ ਹਾਂ। ਅੱਛਾ, ਉਹਨਾਂ ਥਾਣੇ ਵਾਲਿਆਂ ਨੇ ਮਤਲਬ ਉਹਨੂੰ ਉੱਥੇ ਆ ਕੇ ਨਾ ਇੰਨੀ ਮਤਲਬ ਕਿ ਪਾਵਰ ਦਿੱਤੀ ਹੋਈ ਸੀ, ਬੀਬੀ ਜੀ ਮੈਂ ਫਲਾਣਾ ਹਾਜ਼ਰ ਸਲਾਮ ਇਸ ਤਰ੍ਹਾਂ ਕਰਕੇ ਨਾ ਉੱਥੇ ਦੱਸਦੇ ਨੇ ਉਹਨਾਂ ਨੂੰ। ਸਰਦਾਰ ਜਗੀਰ ਸਿੰਘ ਸਿੱਧੂ ਜੀ ਦੀ ਭੈਣ ਦੇ ਮੁਤਲਕ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਮੁਤਲਕ, ਚਲੋ ਇੱਧਰ ਆ ਜਾ, ਉਹਨਾਂ ਦੇ ਮੁਤਲਕ ਕਿਹਾ ਜਾ ਰਿਹਾ ਕਿ ਵੀ ਉਹ ਇੰਨੇ ਅਸਰ ਰਸੂਖ ਸੀ ਉਹਨਾਂ ਦੇ ਇੱਥੇ ਕਿ ਵੀ ਜਿਹੜਾ ਕੋਈ ਮਾੜਾ ਚੰਗਾ ਬੰਦਾ ਸੀ ਇੱਥੇ ਆ ਕੇ ਬੀਬੀ ਹੋਰਾਂ ਨੂੰ ਪਹਿਲੇ ਸਲਾਮ ਕਰਕੇ ਜਾਂਦਾ ਸੀ, ਉਸ ਤੋਂ ਬਾਅਦ ਫਿਰ ਉਹ ਜਾਂਦਾ ਸੀ ਕਿਸੇ ਹੋਰ ਪਾਸੇ। ਆਜ ਵੀ ਲੱਗਦੀ ਸੀ ਨਾ ਪੁਲਿਸ ਵਾਲਿਆਂ ਦੀ, ਪੁਲਿਸ ਵਾਲਿਆਂ ਦੀ ਉਹ ਸਲਾਮ ਕਰਦੇ ਜਾਂਦੇ ਸੀ, ਪਿੰਡ ਵਾਲੇ ਦਾ ਰੋਜ਼ ਕਰਦੇ ਰਹਿੰਦੇ ਸੀ, ਬਦਮਾਸ਼ ਡਿਕਲੇਅਰ ਹੋਇਆ ਹੁੰਦਾ ਸੀ ਨਾ, ਉਹਨੂੰ ਫਿਰ ਇੱਥੇ ਕਹਿੰਦੇ ਸੀ ਵੀ ਤੁਸੀਂ ਹਾਜ਼ਰੀ ਦੇ ਤੇ ਆਓ, ਮਤਲਬ ਜਿਹੜੇ ਚੋਰੀ ਚਕਾਰੀ ਕਰਦੇ ਉਹ 10 ਨੰਬਰੀ ਆ ਇੱਥੇ ਆ ਕੇ ਉਹਨੂੰ ਇੱਥੇ ਹਾਜ਼ਰੀ ਲਵਾਉਂਦੇ ਹੁੰਦੇ ਸੀ। ਉਹ ਯਾਨੀ ਕਿ ਇਸ ਇਲਾਕੇ 'ਚ ਜਿਹੜਾ ਕੋਈ 10 ਨੰਬਰੀ ਆ ਸੀ ਨਾ ਉਹ ਇੱਥੇ ਮਾਹੀਰਾਂ ਕੋਲ ਆ ਕੇ ਨਾ ਉਹ ਹਾਜ਼ਰੀ ਲਵਾਉਂਦੇ। ਠੀਕ, ਕਿ ਵੀ ਉਹ ਕਿਸੇ ਨਾਲ ਜ਼ਿਆਦਤੀ ਤਾਂ ਨਹੀਂ ਕਰਕੇ ਆਇਆ, ਰਾਤ ਨੂੰ ਕਿਤੇ ਵਾਰਦਾਤ ਤਾਂ ਨਹੀਂ ਕਰਨ ਗਿਆ ਹੋਇਆ। ਹਾਂ, ਉਹਨਾਂ ਦਾ ਇੱਕ ਤਰੀਕਾ ਸੀ ਕੰਟਰੋਲ ਪੁਰਾਣੇ ਵਕਤਾਂ 'ਚ। ਦੇਖੋ ਸਿੱਧੂ ਜੀ ਇੱਕ ਬੜੀ ਪਿਆਰੀ ਜੀ ਗੱਲ ਦੱਸ ਰਹੇ ਨੇ, ਇਹ ਕਿ ਕਹਿ ਰਹੇ ਨੇ ਕਿ ਤੁਹਾਡੇ ਜਿਹੜੇ ਦਾਦਾ ਜੀ ਸੀ ਉਹਨਾਂ ਦੀ ਜਿਹੜੀ ਹਮਸ਼ੀਰਾ ਸੀ ਉਹਨਾਂ ਦਾ ਇੰਨਾ ਅਸਰ ਸੁੱਖ ਸੀ ਕਿ ਜਿਹੜੇ ਕੋਈ ਮੰਦੇ ਬੰਦੇ ਸੀ ਉਹਨਾਂ ਨੂੰ ਇੱਥੇ ਸ਼ਾਮ ਨੂੰ ਹਾਜ਼ਰ ਕੀਤਾ ਜਾਂਦਾ ਸੀ ਜਾਂ ਸੁਬਹਾ ਹਾਜ਼ਰ ਕੀਤਾ ਜਾਂਦਾ ਸੀ ਕਿ ਵੀ ਉਹਨਾਂ ਨੇ ਕਿਤੇ ਪਿੰਡ ਦੇ ਵਿੱਚ ਜਾਂ ਲਾਗੇ ਦੇ 12 ਜਿਹੜੇ ਪਿੰਡ ਸਨ ਸਿੱਖਾਂ ਦੇ ਉਹਨਾਂ ਦੇ ਵਿੱਚ ਕੋਈ ਵਾਰਦਾਤ ਤਾਂ ਨਹੀਂ ਕੀਤੀ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਇੱਥੇ ਬੜੇ ਬੜੇ ਵੱਡੇ ਸਿੱਖਾਂ ਦੇ ਪਿੰਡ ਸੀ, ਤੁਸੀਂ ਜ਼ਰਾ ਨਾਮ ਦੁਬਾਰਾ ਦੱਸੋ ਜੀ ਉਹਨਾਂ ਦੇ, ਇਹ ਕਿਹੜੇ ਕਿਹੜੇ ਪਿੰਡ ਸਨ ਜਿਹੜੇ ਇੱਥੇ ਲਾਗੇ ਜਿਹੜੇ ਨੇ ਵੱਡੇ ਸਿੱਖਾਂ ਦੇ ਪਿੰਡ ਜਿਹੜੇ ਸਨ? ਮਤਲਬ ਹੈ ਬਈ ਉੱਥੋਂ ਹੀ ਲਾਗਪੋ ਮੋਜੋਗੀ ਪਹਿਲਾ ਪਿੰਡ ਆ ਜੀ, ਅੱਗੇ ਗੱਜਰਸਵਾਲਾ ਜੀ, ਅੱਗੇ ਬੁਰਸਵਾਲਾ ਜੀ, ਅੱਗੇ ਗੁਰਮਸਵਾਲਾ, ਅੱਗੇ ਲਾਣਾ ਸਵਾਲਾ ਜੀ ਜੀ, ਅੱਗੇ ਮਕਾਮ ਆ, ਅੱਗੇ ਮਕਾਮ ਆ, ਅੱਗੇ ਟਿੱਬੀ ਦਿਆਲ ਸਿੰਘ ਭਾਗੋਕੇ ਜੀ, ਅੱਗੇ ਗਿੱਦੜਾਂ ਵਾਲਾ ਕੋਟ, ਬਾਲ ਸਿੰਘ ਦਾ ਕੋਟ, ਵੀਰ ਸਿੰਘ ਵਾਲਾ, ਬੁੱਧੋਕੇ ਬੁੱਧੋਕੇ ਦੋਵੇਂ ਭੈਣਾਂ ਸੀ। ਚਲੋ ਇੱਧਰ ਹੋ ਇਹ ਘੱਟੋ ਘੱਟ 12 ਪਿੰਡਾਂ ਦੇ ਨਾਮ ਲੈ ਰਹੇ ਨੇ ਕਿ ਇਸ ਪਿੰਡ ਦੇ ਵਿੱਚ ਇਹਦੇ ਨਾਲ ਜੁੜੇ ਹੋਏ 12 ਪਿੰਡ ਸਨ ਜਿਹੜੇ ਕਿ ਸਿੱਖਾਂ ਦੇ ਖਾਸ ਪਿੰਡ ਸਨ ਇੱਥੇ। ਮੈਂ ਸੁਣ ਕੇ ਹੈਰਾਨ ਹੋ ਗਿਆ, ਮੈਂ ਪੰਜਾਬ ਦੀ ਹਿਸਟਰੀ ਬਾਰੇ ਬੜਾ ਕੰਮ ਕੀਤਾ ਲੇਕਿਨ ਮੇਰੀ ਨਜ਼ਰ 'ਚੋਂ ਇਹ ਚੈਪਟਰ ਗੁਜ਼ਰਿਆ ਹੀ ਨਹੀਂ ਕਿ ਇਹ 12 ਪਿੰਡਾਂ ਦਾ ਮਰਕਜ਼ ਸੀ ਔਰ ਉਸ ਤੋਂ ਬਾਅਦ ਫਿਰ ਇੱਥੇ ਦੇ ਸਿੱਖਾਂ ਦੇ ਮੁਤਲਕ ਜਿਹੜਾ ਆਓ ਜ਼ਰਾ ਇਹ ਲੋਪ ਆਉਣਗੇ ਬਜ਼ੁਰਗ ਕਿ ਵੀ ਇੱਥੇ ਕਿੰਨਾ ਪਿਆਰ ਸੀ ਆਪਸ ਦੇ ਵਿੱਚ, ਕਿੰਨਾ ਲੋਕ ਆਪਸ ਦੇ ਵਿੱਚ ਰਲ ਮਿਲ ਕੇ ਬਹਿੰਦੇ ਸੀ। ਸੁਣਿਆ ਕਿ ਇੱਥੇ ਕੋਈ ਮਾਰ ਕੁਟਾਈ ਨਹੀਂ ਹੋਈ ਔਰ ਨਾ ਹੀ ਵੰਡ ਵੇਲੇ ਜਿਹੜਾ ਕੋਈ ਉਹ ਕੋਈ ਕਿਸੇ ਕਿਸਮ ਦਾ ਐਸਾ ਕੰਮ ਨਹੀਂ ਹੋਇਆ ਜਿਹਦੇ ਨਾਲ ਵੀ ਇਹ ਕਿਹਾ ਜਾਵੇ ਕਿ ਇੱਥੇ ਕਿਸੇ ਦੀ ਇੱਕ ਦੂਜੇ ਨਾਲ ਕੋਈ ਮੁਖਾਲਫਤ ਸੀ। ਅੱਛਾ ਜੀ, ਕਿਸ ਜਗ੍ਹਾ 'ਤੇ ਹੁੰਦਾ ਸੀ ਜੀ ਖੂਹ? ਅੱਛਾ ਜੀ, ਜਿੱਥੇ ਵਾਸ਼ ਬੇਸਨ ਲੱਗਾ ਹੋਇਆ ਇੱਥੇ ਥੱਲੇ ਕੂਆਂ ਸੀ ਅਤੇ ਉੱਤੇ ਪੌਣੀ ਲੱਗੀ ਹੋਈ ਸੀ, ਉੱਤੇ ਕਮਰੇ ਬਣੇ ਹੋਏ ਸੀ। ਅੱਛਾ, ਇੱਥੇ ਮੇਨ ਬੜਾ ਵੱਡਾ ਦਰਵਾਜ਼ਾ ਸੀ, ਦਰਵਾਜ਼ੇ ਇਹ ਦਰਵਾਜ਼ਾ ਕਿੱਥੇ ਗਿਆ ਇੱਥੇ ਦਾ? ਇਹ ਦਰਵਾਜ਼ਾ ਬਸ ਟੁੱਟ ਫੁੱਟ ਕੇ ਗਾਇਆ ਹੋ ਗਿਆ। ਪ੍ਰੀਤ ਇੰਦਰ ਸਿੰਘ ਸਿੱਧੂ ਜੀ, ਇਹ ਦੱਸਿਆ ਜਾ ਰਿਹਾ ਇਹ ਤੁਹਾਡਾ ਪੁਰਖਾਂ ਦਾ ਵਿਹੜਾ ਜਿਹੜਾ
ਜਿਹੜਾ ਕਿ ਕਦੀ ਬੜਾ ਵਿਸ਼ਾਲ ਵਿਹੜਾ ਹੁੰਦਾ ਸੀ, ਚਾਰੇ ਪਾਸੇ ਇਮਾਰਤ ਸੀ ਇਸ ਤਰ੍ਹਾਂ ਨਾ। ਹਾਂਜੀ ਵਾਹ ਜੀ ਵਾਹ, ਪੂਰੀ ਵੇਲੀ ਸੀ, ਮੁਕੰਮਲ ਵੇਲੀ ਸੀ। ਆਓ ਤੁਹਾਨੂੰ ਦੱਸਣੇ ਹੁਣ ਜਿੱਥੇ ਤੁਹਾਡੇ ਪੁਰਖਾਂ ਦੇ ਡੰਗਰ ਵੱਛਾ ਬੰਨਿਆ ਜਾਂਦਾ ਸੀ, ਪਸ਼ੂ ਬੰਨੇ ਜਾਂਦੇ ਸਨ, ਉਹ ਜਗ੍ਹਾ ਜਿਹੜੀ ਹੈ ਡੰਗਰ ਵੱਛਾ ਇਹ ਬੂਹਾ ਜਿਹੜਾ ਹੈ ਉਸੇ ਹੀ ਦੌਰ ਦਾ ਦੱਸਿਆ ਜਾ ਰਿਹਾ। ਉਹ ਜਿਹੜੀ ਤੁਸੀਂ ਕਹਿ ਰਹੇ ਸੀ ਕਿ ਛੋਟੀ ਇੱਟ, ਛੋਟੀ ਇੱਟ ਤੋਂ ਮਤਲਬ ਹੈ ਕਿ ਨਾਨਕ ਸ਼ਾਹੀ, ਇਹ ਨਾਨਕ ਸ਼ਾਹੀ ਇੱਟ ਲੱਗੀ ਹੋਈ ਹੈ। ਉਸ ਤੋਂ ਬਾਅਦ ਹੈ ਤੁਸੀਂ ਦੇਖੋ, ਅੱਛਾ ਇੱਥੇ ਦੀ ਨਾਨਕ ਸ਼ਾਹੀ ਇੱਟ ਦੀ ਮੈਂ ਥੋੜ੍ਹੀ ਜਿੰਨੀ ਤਫਸੀਲ ਤੁਹਾਨੂੰ ਦੱਸਦਾ ਜਾਵਾਂ। ਮੈਂ ਅਕਸਰ ਜ਼ਿਕਰ ਕਰਦਾ ਵਾਂ ਦੁਸੇਰੀ, ਨਾਨਕ ਸ਼ਾਹੀ ਔਰ ਮੁਗਲਈ ਇੱਟ ਤਿੰਨਾਂ ਦਾ, ਲੇਕਿਨ ਇਸ ਜਗ੍ਹਾ ਦੇ ਉੱਤੇ ਜਿਹੜੀ ਨਾਨਕ ਸ਼ਾਹੀ ਹੈ ਉਹ ਦੂਸਰੇ ਪੰਜਾਬ ਦੇ ਨਾਲੋਂ ਮੋਟੀ ਨਾਨਕ ਸ਼ਾਹੀ ਇਸਤੇਮਾਲ ਕੀਤੀ ਗਈ ਹੈ। ਕੱਛ ਚੂਨਾਗਰੀ ਤਾਂ ਖੈਰ ਹਰ ਪਾਸੇ ਹੀ ਯੂਜ਼ ਕੀਤੀ ਗਈ ਸੀ, ਲੇਕਿਨ ਇਹ ਵਾਲੀ ਥੋੜ੍ਹੀ ਜਿੰਨੀ ਡਿਫਰੈਂਟ ਹੈ, ਦੁਸੇਰੀ ਤੋਂ ਥੋੜ੍ਹੀ ਜਿੰਨੀ ਪਤਲੀ ਹੈ। ਇਹ ਉਹੀ ਓਰੀਜਨਲ ਵਾਲ ਹੈ ਜੀ, ਬਾਹਰਲੀ ਸਾਈਡ ਤੇ ਸਿਰਫ ਚੂਨਾ, ਅੰਦਰ ਮਿੱਟੀ ਹੈ। ਅੱਛਾ ਅੱਛਾ ਅੱਛਾ, ਬਾਹਰ ਸਿਰਫ ਦੀਵਾਰ ਨੂੰ ਪੱਕਾ ਕਰਨ ਵਾਸਤੇ, ਬਾਕੀ ਸਾਰਾ ਮਿੱਟੀ ਹੈ ਅੰਦਰ ਜਿਹੜੀ। ਔਰ ਚੂਨੇ ਦੀ ਇਹ ਖਾਸੀਅਤ ਹੈ ਕਿ ਬਾਰਿਸ਼ ਹੁੰਦੀ ਹੈ ਨਾ ਤੇ ਸੇਮ ਨਹੀਂ ਪਕੜ ਕਰਦਾ, ਸਖਤ ਹੋ ਜਾਂਦਾ। ਅੱਛਾ 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 ਅੱਛਾ, ਥੋੜਾ ਜਿਹਾ ਇਹਨੂੰ ਪਾਣੀ ਲੱਗ ਜਾਏ। ਹਾਂਜੀ, ਸਖਤ ਹੋ ਜਾਏਗਾ। ਬਿਲਕੁਲ ਬਿਲਕੁਲ, ਮਤਲਬ ਕਿ ਸੀਮੈਂਟ ਜਾਓ ਤਾਂ ਚੋਵੇਗੀ ਨਾ ਜਾਂ ਕਮਜ਼ੋਰ ਹੋਏਗੀ ਮਿੱਟੀ, ਲੇਕਿਨ ਇਹ ਸਖਤ ਹੋ ਜਾਂਦਾ। ਅੱਛਾ, ਇਹ ਟੈਕਨੀਕ ਮੈਨੂੰ ਪਹਿਲੀ ਵਾਰੀ ਦੇਖਣ 'ਚ ਸਾਹਮਣੇ ਆ ਰਹੀ। ਕੱਚ ਚੂਨਾਗਰੀ ਤਾਂ ਮੈਂ ਬਹੁਤ ਵਾਰੀ ਦੇਖੀ ਸੀ, ਲੇਕਿਨ ਦੱਸ ਰਹੇ ਨੇ ਕਿ ਇਹ ਚਨਵਾਈ ਜਿਹੜੀ ਹੈ ਸਾਰੀ ਅੰਦਰੋਂ ਮਿੱਟੀ ਦੀ ਹੈ, ਲੇਕਿਨ ਬਾਹਰੋਂ ਕੱਚ ਚੂਨਾਗਰ ਐਸਾ ਕੀਤਾ ਗਿਆ ਹੈ ਕਿ ਵੀ ਉਹਨੂੰ ਸੀਲ ਕੀਤਾ ਗਿਆ ਮਜ਼ਬੂਤ। ਜਦੋਂ ਜੋ ਬਾਰਿਸ਼ ਪੈਂਦੀ ਹੈ ਕਹਿੰਦੇ ਨੇ ਕਿ ਇਹ ਚੀਜ਼ ਹੋਰ ਜ਼ਿਆਦਾ ਮਜ਼ਬੂਤ ਹੁੰਦੀ ਹੈ, ਬਰਕਫ ਦੇਖ ਰੇਖ ਨਾ ਹੋਣ ਪਾਰੋਂ ਜਾਂ ਵਕਤ ਦੇ ਨਾਲ ਗੁਜ਼ਰਨ ਦੇ ਬਾਹਰੋਂ। ਬਹੁਤ ਅਰਸਾ ਗੁਜ਼ਰ ਗਿਆ, ਘੱਟੋ ਘੱਟ ਕਹਿ ਰਹੇ ਨੇ ਕਿ ਇਹ ਜਿਹੜੇ ਮਕਾਨ ਨੇ 150 ਸਾਲ ਪੁਰਾਣੇ ਨੇ, ਅਤੇ ਮੇ ਬੀ ਇਹ ਹੋ ਸਕਦਾ ਇਸ ਕੋਲੋਂ ਵੀ ਜ਼ਿਆਦਾ ਹੋਣ, ਜਿਸ ਵਜ੍ਹਾ ਕਰਕੇ ਜਿਹੜਾ ਇਹ ਹਾਲਤ ਖਸਤਾ ਹੋਈ, ਕੁਛ ਬਟਵਾਰੇ ਪੈ ਗਏ ਔਰ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਕਰਦਿਆਂ ਕਰਦਿਆਂ ਇਹ ਵਕਤ ਆਇਆ ਕਿ ਆਹਿਸਤਾ ਆਹਿਸਤਾ ਇਹ ਸਾਰਾ ਕੁਝ ਡਿੱਗਣਾ ਸ਼ੁਰੂ ਹੋ ਗਿਆ। ਮੈਨੂੰ ਇਹ ਦੱਸੋ ਜੀ, ਤੁਸੀਂ ਕਿੱਥੋਂ ਮਾਈਗ੍ਰੇਟ, ਤੁਹਾਡੇ ਫੋਰਫਾਦਰਸ ਕਿੱਥੋਂ ਮਾਈਗ੍ਰੇਟ ਹੋ ਕੇ ਆਏ? ਸਰ ਉੱਥੇ ਜ਼ਿਲ੍ਹਾ ਰੋਹਤਕ ਹੈਗਾ, ਰੋਹਤਕ ਬਿਲਕੁਲ ਪਿੰਡ ਹੈਗਾ ਸੀ, ਕਹਨੌਰ ਕਠਨੌਰ ਕਹਨੌਰ 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 ਠੀਕ ਹੈ, ਕਹਨੌਰ ਤੋਂ ਸਾਡੇ ਵਾਲਦੈਨ ਆਏ ਸੀ ਇੱਥੇ ਹਿਜਰਤ ਕਰਕੇ ਅਤੇ ਆ ਕੇ ਆਬਾਦ ਇੱਥੇ ਹੀ ਹੋਈ ਸੀ। ਅੱਛਾ, ਮੈਨੂੰ ਦੱਸੋ ਕਿੰਨੇ ਘਰਾਂ ਨੂੰ ਇਹ ਪੂਰਾ ਹੁਣ ਜਗ੍ਹਾ ਮਿਲੀ ਹੈ ਜਿਹੜੀ, ਜਿੱਥੇ ਕਿ ਕਦੀ ਤਿੰਨ ਲੋਕ ਰਹਿੰਦੇ ਸਨ, ਜਿੱਥੇ ਕਿਤੇ ਤਿੰਨ ਲੋਕ ਰਹਿੰਦੇ ਸੀ ਨਾ? ਹਾਂਜੀ, ਕਮ ਅਜ਼ ਕਮ ਇੱਥੇ 30 ਫੈਮਿਲੀਆਂ ਰਹਿੰਦੀਆਂ। ਦੱਸਿਆ ਜੀ ਕਿ ਹੁਣ 10 ਤਰੀਆ 30, ਯਾਨੀ ਕਿ ਇੱਕ ਘਰ ਜਿਹੜਾ ਸੀ 10 ਬੰਦਿਆਂ ਨੂੰ ਆ ਕੇ ਅਲਾਟ ਹੋਇਆ। ਅੱਗੇ ਤੁਸੀਂ ਇੰਦਰ ਸਿੰਘ ਵੀਰ ਜੀ, ਤੁਸੀਂ ਖੁਦ ਸਮਝਦਾਰ ਹੋ ਕਿ ਜਦੋਂ ਇੱਕ ਚੀਜ਼ ਜਿਹੜੀ ਹੈ 10 ਬੰਦਿਆਂ 'ਚ ਵੰਡੀ ਜਾਏਗੀ ਤਾਂ ਉਹਦਾ ਕੀ ਹਾਲ ਹੋਏਗਾ। ਔਰ ਇੱਥੇ ਤੁਹਾਡੇ ਪੁਰਖਾਂ ਦੇ ਹੱਥ ਦਾ ਬਣਿਆ ਇੱਕ ਮੰਜਾ ਵੀ ਦੱਸ ਰਹੇ ਨੇ ਕਿ ਪਿਆ ਹੋਇਆ, ਉਹ ਦੇਖਦੇ ਹਾਂ। ਅੱਛਾ ਜੀ, ਇਹ ਦੱਸ ਰਹੇ ਨੇ ਕਿ ਸਰਦਾਰ ਜਗੀਰ ਸਿੰਘ ਦਾ, ਜਗੀਰ ਸਿੰਘ ਜੀ ਦਾ ਜਾਂ ਤੁਹਾਡੇ ਦਾਦਾ ਜੀ ਨੇ, ਉਹਨਾਂ ਦਾ ਮੰਜਾ ਡੇਰੇ 'ਚ ਬਾਹਰ ਜਿਹੜਾ ਬੈਠਕ ਸੀ ਨਾ ਜਿੱਥੇ ਉਹ ਬਹਿੰਦੇ ਸੀ, ਹਾਂਜੀ ਬੈਠਦੇ, ਉਹਦਾ ਮੰਜਾ ਸੀ ਅਤੇ ਉਹਨਾਂ ਫਿਰ ਸਾਨੂੰ ਮੰਜੀ ਲੈ ਕੇ ਅਤੇ ਜ਼ਿਆਦਾ ਵੱਡਾ ਸਿਰ ਦੇ ਦਿੱਤਾ। ਅੱਛਾ, ਉਹ ਕਹਿ ਰਹੇ ਨੇ ਕਿ ਵਣ ਤਾਂ ਉਹ ਨਹੀਂ ਹੈਗਾ ਜੀ ਜੀ, ਲੇਕਿਨ ਮੰਜੀ ਉਹੀ ਹੈ ਵਾਲ ਮੰਜਾ ਹੈ ਜੀ। ਦੱਸਿਆ ਜਾ ਰਿਹਾ ਕਿ ਵਾਲਨਟ ਸਾਡੇ ਇੱਥੇ ਪਾਕਿਸਤਾਨ ਦੇ ਅੰਦਰ ਜਾਂ ਨੌਰਥ ਵੈਸਟ ਦੇ ਅੰਦਰ ਵਾਲਨਟ ਦੀ ਲੱਕੜੀ ਜਿਹੜੀ ਹੈ, ਵਾਲਨਟ ਖਾਣ ਵਾਲਾ ਅਖਰੋਟ ਜਿਹਨੂੰ ਕਿਹਾ ਜਾਂਦਾ ਹੈ, ਉਹਦੀ ਲੱਕੜ ਸਭ ਤੋਂ ਮਜ਼ਬੂਤ ਸਮਝੀ ਜਾਂਦੀ ਹੈ, ਜਿਹਨੂੰ ਕਿ ਨਾ ਹੀ ਕੋਈ ਘੁਣ ਲੱਗਦਾ ਨਾ ਹੀ ਉਹਨੂੰ ਕੋਈ ਕੀੜਾ ਲੱਗਦਾ। ਇਹ ਇਸ ਕਰਕੇ ਇਹ ਮੰਜੇ ਉਸ ਵੇਲੇ ਬਣਾਏ ਜਾਂਦੇ। ਦੱਸ ਰਹੇ ਨੇ ਕਿ ਵਾਣ ਉਹ ਨਹੀਂ ਹੈ, ਲੇਕਿਨ ਮੰਜਾ ਔਰ ਚਕਾਠਾਂ ਜਿਹੜੀਆਂ ਨੇ ਉਹ ਸੇਮ ਅੱਜ ਵੀ ਉਹੀ ਨੇ ਜਿਹੜੀਆਂ ਉਸ ਦੌਰ ਦੇ ਵਿੱਚ ਸਨ। ਇਹ ਸਨ ਤੁਹਾਡੇ ਪੁਰਖਾਂ ਦਾ ਜਿਹੜਾ ਘਰ ਸੀ, ਉਹਦੀਆਂ ਰਹੀਆਂ ਖਈਆਂ ਚੀਜ਼ਾਂ ਜਿਹੜੀਆਂ ਨੇ। ਸਰਦਾਰ ਪ੍ਰੀਤ ਇੰਦਰ ਸਿੰਘ ਜੀ, ਇਹ ਤੁਹਾਡੇ ਦਾਦਾ ਜੀ ਦਾ ਮਤਲਬ ਕਿ ਇਹ ਮੰਜਾ ਹੈ, ਔਰ ਇਹ ਤੁਹਾਡੇ ਸਮਝ ਲਓ ਕਿ ਫਾਦਰ ਜਿਹੜੇ ਨੇ ਬਲਵਿੰਦਰ ਸਿੰਘ ਸਿੱਧੂ ਜੀ ਨੇ, ਉਹਨਾਂ ਦੀਆਂ ਯਾਦਾਂ ਔਰ ਇਕਬਾਲ ਕੌਰ ਸਾਹਿਬਾਂ ਦੀਆਂ ਯਾਦਾਂ,
ਚਰਨਜੀਤ ਸਿੰਘ ਜੀ ਦੀਆਂ ਯਾਦਾਂ ਔਰ ਮਹਿੰਦਰ ਸਿੰਘ ਸਿੱਧੂ ਜੀ ਦੀਆਂ ਯਾਦਾਂ, ਉਹ ਮਹਾਨ ਹਸਤੀਆਂ ਜਿਨ੍ਹਾਂ ਦਾ ਕਿ ਪੂਰੇ ਪਿੰਡ ਦੀ ਜਾਗੀਰ ਉਹਨਾਂ ਦੇ ਕੋਲ ਸੀ, ਔਰ ਕਹਿੰਦੇ ਨੇ ਕਿ ਇਹਨਾਂ ਦੇ ਨਾਲ ਇਸ ਮੰਜੇ 'ਤੇ ਬੈਠ ਕੇ ਬੜੇ ਬੜੇ ਵੱਡੇ ਫੈਸਲੇ ਕੀਤੇ ਗਏ ਇਹਨਾਂ 12 ਪਿੰਡਾਂ ਦੇ, ਔਰ ਆਖਰੀ ਫੈਸਲਾ ਇਹ ਹੋਇਆ ਸੀ ਕਿ 12 ਪਿੰਡ ਇੱਥੇ ਇਕੱਠੇ ਹੋਏ ਔਰ ਸਰਦਾਰ ਜਗੀਰ ਸਿੰਘ ਉਹਨਾਂ ਨੂੰ ਬਾ ਹਿਫਾਜ਼ਤ ਨਾਲ ਲੈ ਕੇ ਈਸਟ ਪੰਜਾਬ ਨੂੰ ਚਲੇ ਗਏ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ। ਇਹ ਬਜ਼ੁਰਗ ਨੇ ਜਿਨ੍ਹਾਂ ਨੇ ਕਿ ਆਪਣੀਆਂ ਅੱਖਾਂ ਦੇ ਨਾਲ ਵੰਡ ਦੀ ਸਾਰੀ ਕਹਾਣੀ ਦੇਖੀ ਔਰ ਸਾਰੇ ਦੋਸਤਾਂ ਨੂੰ ਇੱਥੋਂ ਜਾਂਦਿਆਂ ਦੇਖਿਆ, ਵਿਛੜਦਿਆਂ ਦੇਖਿਆ, ਔਰ ਇੱਕ ਇੱਕ ਵਾਕਿਆ ਇਹਨਾਂ ਨੂੰ ਅੱਜ ਵੀ ਯਾਦ ਹੈ। ਇਹਨਾਂ ਨਾਲ ਫਿਰ ਗੱਲ ਕਰਦੇ ਹਾਂ ਖੋਰੇ ਸੱਚ 47 ਦੇ ਹਵਾਲੇ ਨਾਲ। ਫਿਲਹਾਲ ਮੈਨੂੰ ਇਜਾਜ਼ਤ ਦਿਓ, ਰੱਬ ਰਾਖਾ, ਫਿਰ ਮਿਲਾਂਗਾ ਕਿਸੇ ਹੋਰ ਫੈਮਿਲੀ ਦੀ ਹਿਸਟਰੀ ਦੇ ਨਾਲ।